ਗਲੀ ਚ ਆਟੋ ਕੱਢਣ ਨੂੰ ਲੈ ਕੇ ਘਰ ਤੇ ਕੀਤਾ ਹਮਲਾ, ਸੁੱਤੇ ਪਏ ਬੰਦੇ ਤੇ ਚਲਾਤੀਆਂ ਇੱਟਾਂ। ਦੱਸ ਦਈਏ ਕਿ ਗਲੀ ਚ ਆਟੋ ਕੱਢਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਤਕਰਾਰ ਚੱਲ ਰਹੀ ਸੀ, ਜਿਸ ਨੂੰ ਲੈ ਕੇ ਪੀੜਿਤ ਪਰਿਵਾਰ ਨੇ ਦੱਸਿਆ ਕਿ 12 ਫੁੱਟ ਦੀ ਗਲੀ ਦੇ ਵਿੱਚ ਦੂਸਰਾ ਧਿਰ 6 ਫੁੱਟ ਦੀਆਂ ਟਾਈਲਾਂ ਲਗਾ ਰਿਹਾ ਸੀ ਤਾਂ ਸਾਨੂੰ ਅਕਸਰ ਕਹਿੰਦੇ ਸੀ ਕਿ ਤੇਰਾ ਆਟੋ ਇੱਥੋਂ ਨਹੀਂ ਲੰਘਣ ਦੇਣਾ। ਜਿਸ ਤੋਂ ਬਾਅਦ ਉਹਨਾਂ ਨੇ ਕਈ ਵਾਰ ਸਾਡੇ 'ਤੇ ਹਮਲਾ ਵੀ ਕੀਤਾ ਅਤੇ ਹੁਣ ਇਹਨਾਂ ਦੇ ਵੱਲੋਂ ਹਮਲਾ ਕਰਕੇ ਸਾਡੇ ਘਰ ਦੇ ਇੱਕ ਮੈਂਬਰ ਨੂੰ ਜ਼ਖਮੀ ਕਰ ਦਿੱਤਾ ਗਿਆ। ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਇਸ ਝੜਪ ਦੇ ਵਿੱਚ ਇੱਕ ਸ਼ਖਸ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਇਸ ਸੰਬੰਧੀ ਪੀੜਿਤ ਦੇ ਮੁੰਡੇ ਨੇ ਦੱਸਿਆ ਕਿ ਇਹਨਾਂ ਦੇ ਵੱਲੋਂ ਪਹਿਲਾਂ ਵੀ ਕਈ ਵਾਰ ਹਮਲੇ ਕੀਤੇ ਗਏ ਨੇ, ਤਾਂ ਇੱਕ ਵਾਰ ਇਹਨਾਂ ਦੇ ਵੱਲੋਂ ਕਹੀ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਦੂਸਰੀ ਵਾਰ ਇਹਨਾਂ ਦੇ ਵੱਲੋਂ ਜਦ ਉਸਦੇ ਪਿਤਾ ਦਵਾਈ ਲੈ ਕੇ ਆ ਰਹੇ ਸੀ ਤਾਂ ਉਦੋਂ ਉਹਨਾਂ 'ਤੇ ਹਮਲਾ ਕੀਤਾ ਗਿਆ। ਤਾਂ ਹੁਣ ਜਦੋਂ ਇਸਦੇ ਪਿਤਾ ਸੁੱਤੇ ਪਏ ਸੀ ਤਾਂ ਇਹਨਾਂ ਦੇ ਵੱਲੋਂ ਫਿਰ ਇੱਟਾਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਇੱਕ ਇੱਟ ਉਹਨਾਂ ਦੇ ਮੂੰਹ 'ਤੇ ਲੱਗਦੀ ਹੈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਜਾਂਦੇ ਨੇ। ਤਾਂ ਇਹਨਾਂ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਦੂਸਰੇ ਧਿਰ ਦਾ ਹਾਲੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਕੱਲ੍ਹ ਹੀ ਇਹਨਾਂ ਨੇ ਤੀਜੀ ਵਾਰੀ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਪੱਥਰ ਤੋਂ ਕਿਹਾ ਸੀ ਅਤੇ ਮੈਨੂੰ ਕਈ ਲੈ ਕੇ ਪੈ ਗਿਆ, ਕਹਿੰਦਾ ਚੂੜਿਆ ਤੁਹਾਨੂੰ ਮਾਰ ਮਾਰ ਕੇ ਤੁਹਾਨੂੰ ਨਾ ਉੱਥੋਂ ਦੀ ਵੱਟ ਕੇ ਕਈ ਰੱਖੀ। ਉਦੋਂ ਵੀ ਮੇਰੇ ਨਾਲ 3-4 ਗਲੀ ਗਲੇ ਹੈਗੇ ਸੀ ਨਾਲ, ਉਹਨਾਂ ਨੇ ਮੈਨੂੰ ਪਿੱਛੇ ਲੈ ਕੇ ਖਿੱਚ ਕੇ ਉਹ ਵੀ ਉਸ ਤੋਂ ਬਾਅਦ ਗੱਲ ਖਤਮ ਹੋ ਗਈ। ਦੂਜੇ ਦਿਨ ਨਾ ਇੰਨਾ ਮੈਂ ਆਉਂਦਿਆਂ ਘਰ ਵੱਲ ਨੂੰ ਮੈਨੂੰ ਸ਼ੂਗਰ ਸੀ ਅਤੇ ਇਹਨੇ ਮੈਨੂੰ ਗਿੱਚੀ ਤੋਂ ਫੜ ਕੇ ਦਬੋਚ ਲਿਆ। ਅਤੇ ਤੀਜੀ ਵਾਰੀ ਮਤਲਬ ਇਹਨਾਂ ਹਮਲਾ ਕੀ ਮਤਲਬ ਪੈ ਗਏ ਨਾ ਚੁੱਪ ਚੁੱਪ ਪੀਤੇ ਮੈਨੂੰ ਪੈ ਗਏ ਘਰ ਆਣ ਕੇ 4-5 ਜਾਣੇ ਸੀ, 2 ਜਣਿਆਂ ਨੂੰ ਤਾਂ ਪਛਾਣਨਾ ਮੈਂ। ਹਾਂਜੀ ਮੰਗ ਇਹ ਵੀ ਸਾਨੂੰ ਨਾ ਨਿਆਂ ਦਿੱਤਾ ਜਾਵੇ, ਬਸ ਇਹੋ ਹੀ ਮੰਗ ਸਾਡੀ, ਸਜ਼ਾ ਦਿੱਤੀ ਜਾਵੇ। ਮੈਨੂੰ ਜਾਨੋਂ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਬਹੁਤ ਜ਼ਿਆਦਾ, ਅਤੇ ਇਹਦੇ 'ਚ ਕੱਲ੍ਹ ਪੁਲਿਸ ਵਾਲੇ ਨੇ ਲਿਖਿਆ ਵੀ ਨਹੀਂ ਆ, ਮੈਂ ਪੜ੍ਹਿਆ ਨਹੀਂ ਸੀ, ਅਨਪੜ੍ਹ ਨੂੰ ਆਖਿਆ ਤਾਂ ਕਹਿੰਦਾ ਤੁਸੀਂ ਰਾਜੀਨਾਮਾ, ਮੈਨੂੰ ਕਹਿੰਦਾ ਕਰ ਲਓ, ਉਹਦਾ ਮਤਲਬ ਹੈਗਾ ਹੀ ਨਹੀਂ ਗੱਲ, ਕਹਿੰਦਾ ਅਸੀਂ ਮਰ। ਹਾਂਜੀ ਮੈਨੂੰ ਦਬਾਅ ਇੱਥੇ ਪਾਇਆ ਉਹਨੇ, ਕਹਿੰਦਾ ਰਾਜੀਨਾਮਾ ਕਰ ਲਾ। ਗੱਲ ਪਹਿਲੀ ਤਾਂ ਗੱਲ 9 ਤਰੀਕ ਨੂੰ ਹੋਈ ਜਿਸ ਦਿਨ ਮੈਂ ਕੰਮ 'ਤੇ ਗਿਆ, ਮੈਨੂੰ ਨਹੀਂ ਪਤਾ, ਠੀਕ ਹੈ। ਦੂਜੇ ਦਿਨ ਇਹ 12 ਤਰੀਕ ਨੂੰ ਮਤਲਬ ਕਿ 9 ਤਰੀਕ ਨੂੰ ਤਾਂ ਪਾਪਾ ਨੂੰ ਫਾਦਰ ਸਾਹਿਬ ਨੂੰ ਕਈ ਲੈ ਕੇ ਪਏ ਆ, ਜਿਹਦੇ ਕਰਕੇ ਗਲੀ ਵਾਲੇ ਨੇ ਮਤਲਬ ਕਿ ਇਹਨਾਂ ਨੂੰ ਛਡਾਇਆ ਵਾ, ਬਚਾਇਆ, ਕਿਉਂਕਿ ਉਸ ਦਿਨ ਉਹਨੇ ਕਈ ਮਾਰ ਦੇਣੀ ਸੀ ਉਹਨੂੰ, ਕਿਸੇ ਬੰਦੇ ਦੀ ਸ਼ਹਿ ਮਿਲੀ ਹੋਈ ਆ। ਅਤੇ 12 ਤਰੀਕ ਨੂੰ ਅਤੇ 12 ਤਰੀਕ ਨੂੰ ਮਤਲਬ ਕਿ ਪਾਪਾ ਮੇਰੇ ਸ਼ੂਗਰ ਦੀ ਦਵਾਈ ਲੈ ਕੇ ਆ ਰਹੇ, ਇਹਨਾਂ ਕੋਲ ਮਤਲਬ ਕਿ ਮੈਡੀਕਲ ਉਹਨਾਂ ਰਸੀਦ ਵੀ ਹੈਗੀ ਆ, ਸ਼ੂਗਰ ਦੀ ਦਵਾਈ ਲੈ ਕੇ ਆ ਰਹੀ, ਘਟੀ ਵਧੀ ਇਹ ਨਹੀਂ ਮੈਨੂੰ ਪਤਾ। ਅਤੇ ਇਹ ਆਪਣਾ ਉੱਧਰੋਂ ਆ ਰਹੇ, ਕਿੰਨੇ ਜਣਿਆਂ ਨੇ ਮਿਲ ਕੇ ਹਮਲਾ ਕੀਤਾ? ਇਹ ਹਮਲਾ ਤਾਂ 2 ਜਣਿਆਂ ਨੇ ਕੀਤਾ, ਵਿੱਚ ਹੋਰ ਵੀ ਬੰਦੇ ਸੀ ਜਿਨ੍ਹਾਂ ਨੂੰ ਆਪਾਂ ਨਹੀਂ ਪਛਾਣਦੇ, ਮੇਨ 2 ਹੈਗੇ ਸੀ, ਉਹਨਾਂ ਦੇ ਫਾਦਰ ਸਾਹਿਬ ਸੀ ਅਤੇ ਨਾਲ ਪੰਕਜ ਜੀ। ਉਹਨਾਂ ਨੇ ਘਰ ਵੜ ਕੇ ਬੜੀ ਪਲੈਨਿੰਗ ਦੇ ਨਾਲ, ਉਹਨਾਂ ਨੂੰ ਪਤਾ ਸੀ ਕਿ ਆਪਾਂ ਲੰਮੇ ਪਏ ਹੋਏ ਹਾਂ, ਇਹ ਇਹਨਾਂ ਦੇ ਫਾਦਰ ਸਾਹਿਬ ਕੰਮ ਤੋਂ ਆਏ ਹੋਏ ਆ। ਇੱਟਾਂ ਪਹਿਲੀ ਇੱਟ ਉਹਨਾਂ ਨੇ ਮਾਰੀ ਗੇਟ ਨੂੰ, ਇਹ ਸ਼ੁਗਰ ਹੈ ਕਿ ਪਹਿਲੀ ਇੱਟ ਉਹਨਾਂ ਨੇ ਗੇਟ ਨੂੰ ਮਾਰਤੀ, ਜਿਹਦੇ ਕਰਕੇ ਕਿ ਪਾਪਾ ਤੋਂ ਥੋੜ੍ਹੀ ਹੋਸ਼ ਵਿੱਚ ਆ ਗਏ। ਫਿਰ ਮੈਂ ਵੜਦੇ ਵੜਦੇ ਫਾਦਰ ਸਾਹਿਬ ਮੇਰੇ ਉੱਠ ਰਹੇ ਸੀ ਅਤੇ ਉਹਨਾਂ ਨੇ ਵੜਦੇ ਵੜਦੇ ਮੂੰਹ 'ਤੇ ਇੱਟ ਮਾਰੀ, ਜਿਹਦੇ ਨਾਲ ਸਾਰਾ ਮੂੰਹ ਕਵਰ ਹੋ ਗਿਆ, ਫਾਦਰ ਸਾਹਿਬ ਮੇਰੇ ਬੁੰਦ ਲੱਗੀ ਇੱਟ ਵੱਜਣ ਦੇ ਨਾਲ, ਅਸੀਂ ਦੇ ਹਾਂਜੀ ਮੂੰਹ 'ਤੇ ਇੱਟ ਵੱਜੀ ਹੈ, ਸੱਟ ਜ਼ਿਆਦਾ, ਸੱਟ ਮੂੰਹ 'ਤੇ ਜ਼ਿਆਦਾ ਹੈ, ਨੱਕ ਦੇ ਵਿੱਚੋਂ ਮੈਨੂੰ ਲੱਗਦਾ ਕਿ ਨੁਕਸ ਨਿਕਲੇਗਾ,
ਜਿੰਨੇ ਤੱਕ ਸਾਨੂੰ ਲੱਗਦਾ ਮੂੰਹ ਤਾਂ ਸਾਰਾ ਖਾਧਾ ਪੀਤਾ ਨਹੀਂ ਜਾ ਰਿਹਾ, 4-5 ਦਿਨ ਹੋ ਗਏ ਰੋਟੀ ਪਾਣੀ ਨਹੀਂ ਖਾ ਰਹੇ। ਹਾਂਜੀ, ਪੁਲਿਸ ਨੂੰ ਕੰਪਲੇਂਟ, ਮੰਗ ਸਾਨੂੰ ਇਹ ਨਿਆਂ ਚਾਹੀਦਾ ਵਾ, ਕਿਉਂਕਿ ਅੱਜ ਕੱਲ੍ਹ ਦੇਖੋ ਤੁਸੀਂ ਚਪੇੜ ਵੱਜਣ 'ਤੇ ਪੁਲਿਸ ਵਾਲੇ ਕਿਸੇ ਮੁੰਡੇ ਨੂੰ ਵੀ ਲੈ ਜਾਂਦੇ ਆ, ਇੱਥੇ ਤਾਂ ਮੂੰਹ ਦਾ ਪੂਰਾ ਉਹਨਾਂ ਨੇ ਨਕਸ਼ਾ ਵਿਗਾੜ ਦਿੱਤਾ ਹੋਇਆ ਅਤੇ ਹਾਲੇ ਤੱਕ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਉਹਨਾਂ ਦੇ ਖਿਲਾਫ਼। ਹਾਲੇ ਤੱਕ ਕੋਈ ਨਹੀਂ ਗਈ, ਉਹ ਸ਼ਰੇਆਮ ਮੁਹੱਲੇ 'ਚ ਘੁੰਮ ਰਹੇ, ਸਾਨੂੰ ਸਭ ਕੁਝ ਪਤਾ ਲੱਗ ਰਿਹਾ, ਆਪਾਂ ਤਾਂ ਇਹ ਗੱਲ 'ਤੇ ਦੁਖੀ ਹਾਂ। ਮੈਂ ਗੁਰੂ ਨਾਨਕਪੁਰਾ ਨਿਊ ਦਸ਼ਮੇਸ਼ ਨਗਰ ਦੀ ਰਹਿਣ ਵਾਲੀ ਹਾਂ ਅਤੇ ਮੇਰੇ ਹਸਬੈਂਡ ਦਾ, ਮੇਰਾ ਨਾਮ ਰਜਨੀ ਹੈ ਅਤੇ ਮੇਰੇ ਹਸਬੈਂਡ ਦਾ ਨਾਮ ਰਮੇਸ਼ ਕੁਮਾਰ ਆ। ਅਤੇ ਗੱਲ ਇਸ ਤਰ੍ਹਾਂ ਕਿ ਸਾਡੇ ਬਿਲਕੁਲ ਨੁੱਕਰ ਵਾਲੇ ਘਰ ਨਾਲ ਥੋੜ੍ਹੀ ਜਿਹੀ ਰੰਜਿਸ਼ ਹੋਈ ਆ, ਕਿਉਂਕਿ ਉਹ 12 ਫੁੱਟ ਦੀ ਗਲੀ ਵਿੱਚ 6 ਫੁੱਟ ਦੀ ਗਲੀ ਪੂਰੀ ਰੋਕ ਰਹੇ ਸੀ ਪੱਥਰ ਲਗਾ ਕੇ ਕਿ ਤੁਹਾਡਾ ਆਟੋ ਜਿਹੜਾ ਜਾਂ ਕੋਈ ਵੀ ਗੱਡੀ ਆ ਅਸੀਂ ਆਪਣੇ ਗਲੀ ਵਿੱਚੋਂ ਨਾਲ ਦੇ ਅੱਗੋਂ ਨਹੀਂ ਲੰਘਣ ਦੇਣੀ। ਮੇਰੇ ਘਰ ਵਾਲਿਆਂ ਨੇ ਇਹਦਾ ਵਿਰੋਧ ਕੀਤਾ, ਗਲੀ ਵਾਲਿਆਂ ਨਾਲ ਰਲ ਕੇ ਇਹਨਾਂ ਨੇ ਪੱਥਰ ਚੁੱਕ ਕੇ ਸੁੱਟ ਦਿੱਤੇ। ਉਹਦੀ ਰੰਜਿਸ਼ ਕਰਕੇ ਪਹਿਲੇ ਦਿਨ ਕਈ ਤਾਂ ਚੁੱਕੀ ਤਾਂ ਪਰ ਕੋਈ ਲੜਾਈ ਨਹੀਂ ਹੋਈ। ਉਸ ਤੋਂ ਅਗਲੇ ਦਿਨ ਵੀ ਕੋਈ ਗੱਲ ਨਹੀਂ ਹੋਈ। 12 ਤਰੀਕ ਨੂੰ ਸਵੇਰੇ ਇਹ ਸ਼ੂਗਰ ਦੀ ਦਵਾਈ ਲੈ ਕੇ ਆਏ ਆ ਅਤੇ ਆਉਂਦਿਆਂ ਲਿਮਕਾ ਪੀਂਦੇ ਆਉਣ ਡੇ ਸੀ। ਉਹ ਨੁੱਕਰ ਵਾਲੇ ਆਪਣੇ ਘਰ 'ਚੋਂ ਨਿਕਲਿਆ ਅਤੇ ਨਿਕਲਦਿਆਂ ਇਹਨਾਂ ਨੂੰ ਘਸੁੰਨ ਮੁੱਕੀ ਕਰਨ ਲੱਗ ਗਿਆ ਕਿ ਚੂੜਿਆ ਅਤੇ ਨਾਲ ਹੋਰ ਕਈ ਗਾਲਾਂ ਕੱਢੀਆਂ ਕਿ ਤੈਨੂੰ ਗਲੀ 'ਚ ਨਹੀਂ ਰਹਿਣ ਦੇਣਾ, ਤੈਨੂੰ ਇਹ ਕਰ ਦੇਣਾ। ਅੱਛਾ, ਉਦੋਂ ਵੀ ਲੋਕ ਵਿੱਚ ਆ ਗਏ ਅਤੇ ਬਚਾਅ ਹੋ ਗਿਆ, ਘਰ ਆਏ ਆ। ਇਹਨਾਂ ਨੂੰ ਸਗੋਂ ਮੈਨੂੰ ਕਿਹਾ ਵਾ ਕਿ ਆਪਾਂ ਥਾਣੇ ਚੱਲੀਏ ਜਾਂ ਕਿਸੇ ਨੂੰ ਕਹੀਏ, ਅਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਗਲੀ ਦੀ ਗੱਲ ਆਪਾਂ ਥਾਣੇ ਕਿਉਂ ਜਾਣਾ, ਛੱਡੋ ਪਰੇ ਕਿਸੇ ਚੰਗੇ ਬੰਦੇ ਨੂੰ ਕਹਾਂਗੇ ਅਤੇ ਇਹਨਾਂ ਨੂੰ ਸਮਝਾਉਣਗੇ। ਉਹ ਤੋਂ ਬਾਅਦ ਇਹਨਾਂ ਨੂੰ ਮੈਂ ਕੰਮ 'ਤੇ ਭੇਜ ਦਿੱਤਾ ਵਾ। ਕੰਮ ਤੋਂ ਆਏ ਨੇ 4-5 ਵਜੇ ਅਤੇ ਵਿਹੜੇ ਦੇ ਵਿੱਚ ਪੱਖਾ ਲੱਗਾ ਹੋਇਆ ਸੀ, ਸਾਹਮਣੇ ਬੈੱਡ ਡੱਠਾ, ਉੱਥੇ ਲੇਟੇ ਹੋਏ ਆ। ਮੈਂ, ਮੇਰੀ 1-6 ਸਾਲਾਂ ਦੀ ਦੋਤਰੀ ਮੇਰੇ ਕੋਲ ਰਹਿੰਦੀ ਆ ਅਤੇ ਮੇਰਾ ਲੜਕਾ ਛੋਟਾ, ਅਸੀਂ ਬੈਠਕ 'ਚ ਆਪਣਾ ਬੈਠੇ ਹੋਏ ਹਾਂ। ਇਹ ਆਉਂਦਿਆਂ ਇਹਨਾਂ ਨੇ ਪੰਕਜ ਜੀਤ ਕੁਮਾਰ ਅਤੇ ਜੀਤ ਸਿੰਘ ਅਤੇ ਨਾਲ ਮਤਲਬ ਉਹਦੇ ਅਣਪਛਾਤੇ ਲੋਕ ਸੀ, ਉਹਨਾਂ ਦੀ ਸਾਨੂੰ ਨਾਂ ਨਹੀਂ ਪਤਾ। ਇਹਨਾਂ ਨੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਆ, ਜਿਨ੍ਹਾਂ ਵਿੱਚੋਂ ਇੱਟਾਂ, ਸਾਡੇ ਪੱਖਾ ਵੀ ਟੁੱਟ ਗਿਆ, ਬੂਹੇ 'ਤੇ ਵੀ ਵੱਜੀਆਂ ਅਤੇ ਅੰਦਰ ਵੜਦੇ ਹੀ ਇੰਨਾ ਇੱਟ ਮੂੰਹ 'ਤੇ ਮਾਰੀ ਆ ਪੰਕਜ ਨੇ, ਸਿੱਧੀ ਇੱਟ ਮੂੰਹ 'ਤੇ ਮਾਰੀ ਆ। ਇਹ ਮਤਲਬ ਬੌਂਦਲ ਹੀ ਗਏ ਆ ਅਤੇ ਮੇਰਾ ਬੇਟਾ ਛੋਟੀ ਗੁੜੀਆ ਨੂੰ ਬਚਾਉਣ ਕਰਕੇ ਕਿ ਇੱਟਾਂ ਇਹਦੇ ਨਾਲ ਵੱਜ ਜਾਣ, ਮੇਰਾ ਬੇਟਾ ਅੱਗੋਂ ਦੀ ਹੋਇਆ ਵਾ, ਇੱਟਾਂ ਰੋੜੇ ਇੱਟ ਮੂੰਹ 'ਤੇ ਵੱਜੀ ਆ, ਜਿਹੜੀ ਕਿ ਨੱਕ ਮੂੰਹ ਜਬਾੜਾ ਪੂਰਾ ਫੇਸ ਜਿਹੜਾ ਇਹਨਾਂ ਦਾ ਐਂ ਲਹੂ ਲਹਾਨ ਹੋ ਗਿਆ ਸੀ। ਮੇਰਾ ਬੇਟਾ ਇਹਨਾਂ ਨੂੰ ਬਚਾਉਣ ਦੇ ਚੱਕਰਾਂ 'ਚ, ਬੱਚੇ ਨੂੰ ਸਾਨੂੰ ਬਚਾਉਣ ਦੇ ਚੱਕਰਾਂ 'ਚ ਛੋਟਾ ਵਾ ਭਿੜ ਗਿਆ ਉਹਨਾਂ ਨਾਲ, ਉਹਨਾਂ ਸਰੀਆ ਮਾਰਨ ਦੀ ਕੋਸ਼ਿਸ਼ ਕੀਤੀ, ਮੇਰੇ ਬੇਟੇ ਨੇ ਦੋਵਾਂ ਹੱਥਾਂ ਨਾਲ ਅੱਗੋਂ ਸਰੀਏ ਨੂੰ ਰੋਕਿਆ। ਉਹ ਸਰੀਏ ਨਾਲ ਹੀ ਮੇਰੇ ਬੇਟੇ ਨੂੰ ਖਿੱਚਦੇ ਕਿੰਨੀ ਦੂਰ ਲੈ ਗਏ ਆ, ਜਦੋਂ ਗਲੀ ਵਾਲੇ ਇਕੱਠੇ ਹੋਏ ਆ ਉਹਨਾਂ ਨੇ ਮੁੰਡੇ ਸਾਡੇ ਨੂੰ ਛਡਾਇਆ ਵਾ, ਨਾਲੇ ਚੀਕਾਂ ਮਾਰੀਆਂ ਵੀ ਹਾਏ ਮਾਰ ਦਿੱਤਾ, ਹਾਏ ਮਾਰ ਦਿੱਤਾ। ਉਹਦੇ ਚਲਦਿਆਂ ਉਹ ਡਰ ਕੇ ਭੱਜੇ ਆ ਅਤੇ ਨਾਲੇ ਬੜਕਾਂ ਮਾਰਦੇ ਗਏ ਆ। ਉਹ ਤੋਂ ਬਾਅਦ ਅਸੀਂ ਇਹਨਾਂ ਨੂੰ ਥਾਣੇ ਲੈ ਕੇ ਗਏ ਹਾਂ ਲਹੂ ਲਾਣ ਚੁੱਕ ਕੇ। ਪਹਿਲਾਂ ਤਾਂ ਉਸ ਵੇਲੇ ਡਿੱਗ ਗਏ ਆ, ਇਹਨਾਂ ਦੇ ਮੂੰਹ 'ਤੇ ਮੱਗੇ 2-3 ਮਾਰੇ ਗਲੀ ਵਾਲਿਆਂ ਕਿ ਹੋਸ਼ 'ਚ ਰਹਿਣ ਇੱਟ ਵੱਜਣ ਨਾਲ। ਸ਼ਿਕਾਇਤ ਦਰਜ ਕੀਤੀ ਹੈ ਥਾਣੇ ਗਏ ਆ, ਉਹਨਾਂ ਕੋਲ ਸ਼ਿਕਾਇਤ ਕੀ, ਉਹਨਾਂ ਵੀਡੀਓ ਵੀ ਬਣਾਈ ਇਹਨਾਂ ਦੀ ਹਾਲਤ ਦੀ, ਕਹਿੰਦੇ ਕੰਡੀਸ਼ਨ ਸੀਰੀਅਸ ਆ ਅਤੇ ਤੁਸੀਂ ਇਸ ਤਰ੍ਹਾਂ ਕਰੋ। ਉਹਨਾਂ ਨੇ ਉਹ ਕੀ ਸਾਨੂੰ ਇੱਕ ਸਲਿੱਪ ਜੀ ਦਿੱਤੀ ਕਿ ਉਹਨੂੰ ਕਹਿੰਦੇ ਆ, ਕਹਿੰਦੇ ਤੁਸੀਂ ਸਿਵਲ ਹਸਪਤਾਲ ਚਲੇ ਜਾਓ ਅਤੇ ਇਹਨਾਂ ਦਾ ਮੁਲਾਜ਼ਾ ਕਰਾਓ। ਮੈਂ, ਮੇਰਾ ਬੇਟਾ ਇਹਨਾਂ ਨੂੰ ਲੈ ਕੇ ਹਸਪਤਾਲ ਆ ਗਏ ਹਾਂ, ਪਹਿਲਾਂ ਹੀ ਸਿਵਲ 'ਚ ਆਏ ਹਾਂ, ਉਹਨਾਂ ਉੱਥੋਂ ਆਪਣਾ ਕੀਤਾ ਵਾ, ਫਿਰ ਉਹਨਾਂ ENT 'ਚ ਰੈਫਰ ਕਰਤਾ ਸਾਨੂੰ। ਅਤੇ ਪੁਲਿਸ ਵਾਲੇ ਕੀ ਕਹਿੰਦੇ ਆ? ਪੁਲਿਸ ਵਾਲੇ ਹੁਣ ਪਹਿਲਾਂ ਤਾਂ ਆਏ ਨਹੀਂ, ਨਾ ਕੋਈ ਬਿਆਨ ਲੈਣ, ਨਾ ਕੋਈ ਸਾਡੇ ਕੋਲ ਪੁੱਛਗਿੱਛ ਕਰਨ। ਕੱਲ੍ਹ ਕੁਲਵੰਤ ਸਿੰਘ ਨੂੰ ਥੋੜ੍ਹਾ ਜਿਹਾ ਸਾਡੇ ਬੰਦੇ ਨੇ ਪ੍ਰੈਸ਼ਰ ਪਾਇਆ ਅਤੇ ਉਹ ਆਇਆ ਬਿਆਨ ਲੈਣ, ਬੜਾ ਗਲਤ ਤਰੀਕੇ ਨਾਲ ਆਇਆ। ਆਉਂਦਿਆਂ ਕਹਿੰਦਾ ਕੀ ਹੋਇਆ ਕੀ ਹੋਇਆ, ਇਹ ਬੋਲਣ ਲੱਗੇ ਅਤੇ ਕਹਿੰਦੇ
ਤੂੰ ਚੁੱਪ ਕਰ, ਮੈਂ ਇਹਨਾਂ ਕੋਲ ਪੁੱਛ ਲੈਂਦਾ। ਜੇ ਮੈਂ ਬੋਲਣ ਲੱਗੀ ਤਾਂ ਇਹਨਾਂ ਨੂੰ ਕਹਿੰਦੇ ਮੈਂ ਤੇਰੇ ਕੋਲ ਪੁੱਛ ਲੈਂਦਾ। ਮਤਲਬ ਜੋ ਅਸੀਂ ਬੋਲਦੇ ਪਏ ਉਹ ਲਿਖਦਾ ਨਹੀਂ ਸੀ ਪਿਆ। ਸਾਡੇ ਲਾਗੇ ਮਰੀਜ਼ ਹੀ ਕੋਈ ਉਦੋਂ ਉਹਦੇ ਨਾਲ ਹੀ ਕੋਈ, ਉਹ ਕਹਿੰਦਾ ਗਲਤ ਲਿਖਦਾ ਪਿਆ ਅਤੇ ਕੁਛ ਕਹਿੰਦੇ ਪਏ ਕੁਛ ਲਿਖਦਾ ਪਿਆ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਐਨਕ ਲੱਗੀ ਆ, ਮੈਂ ਐਨਕ ਬਗੈਰ ਪੜ੍ਹ ਨਹੀਂ ਸਕਦੀ। ਮੇਰੇ ਹਸਬੈਂਡ ਅਨਪੜ੍ਹ ਨੇ, ਪੜ੍ਹੇ ਲਿਖੇ ਨਹੀਂ ਆ, ਸਾਡਾ ਬੇਟਾ ਬਾਹਰ ਗਿਆ ਆ ਲੈਣ ਦਿਉ, ਉਹ ਰਿਪੋਰਟ ਪੜ੍ਹੇਗਾ ਤਾਂ ਅਸੀਂ ਸੈਨ ਕਰਾਂਗੇ। ਕਹਿੰਦਾ ਮੈਂ ਕੋਈ ਵਿਹਲਾ ਬੈਠਾ ਵਾਂ, ਮੈਂ ਕੋਈ ਵਿਹਲਾ ਬੈਠਾ ਵਾਂ। ਇਹਨਾਂ ਦੇ ਹੱਥ 'ਚ ਪੈਨ ਫੜਾ ਕੇ ਅਤੇ ਸੈਨ ਕਰਵਾ ਕੇ ਲੈ ਗਿਆ। ਉਸ ਤੋਂ ਬਾਅਦ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਮੰਗ ਇਹ ਕਰਦੇ ਹਾਂ ਪ੍ਰਸ਼ਾਸਨ ਕੋਲ ਕਿ ਸਾਨੂੰ ਨਿਆਂ ਦਿੱਤਾ ਜਾਵੇ। ਅਸੀਂ ਸਜਰੀ ਕਮਾਉਣ ਖਾਣ ਵਾਲੇ ਬੰਦੇ ਹਾਂ, ਸਾਨੂੰ ਨਿਆਂ ਨਹੀਂ ਮਿਲਦਾ ਪਿਆ। ਮੇਰਾ ਆਦਮੀ ਸੋਮਵਾਰ ਦਾ ਇੱਥੇ ਦਾਖਲ, ਸਾਨੂੰ ਕੋਈ ਨਿਆਂ ਨਹੀਂ ਦੇ ਰਹੀ ਪੁਲਿਸ ਨਾ ਪ੍ਰਸ਼ਾਸਨ, ਕੋਈ ਨਿਆਂ ਨਹੀਂ ਸਾਨੂੰ ਮਿਲਦਾ ਪਿਆ। ਪੁਲਿਸ ਲੱਗਦਾ ਨਹੀਂ ਸਾਨੂੰ ਵੀ ਉਹਨਾਂ ਨਾਲ ਮਿਲੀ ਹੋਈ ਆ ਭਾਅ ਜੀ। ਸੋਮਵਾਰ ਦਾ ਉਹਨਾਂ ਨੇ ਇੰਨਾ ਹਾਦਸਾ ਬੁਰਾ ਕੀਤਾ, ਕਮ ਸੇ ਕਮ ਉਹਨਾਂ ਨੂੰ ਬੁਲਾ ਕੇ ਠਾਣੇ ਪੁੱਛਦੀ ਤਾਂ ਸਹੀ ਵੀ ਤੁਸੀਂ ਕਾਤਲਾਨਾ ਹਮਲਾ ਕਿਉਂ ਕੀਤਾ, ਕਿਉਂ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਆ। ਇੱਕ ਨਹੀਂ ਤਿੰਨ ਤਿੰਨ ਵਾਰਾਂ ਕੋਸ਼ਿਸ਼ ਕੀਤੀ ਉਹਨਾਂ ਨੇ।